ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਸਾਰ ਦੀ ਸਿੱਖ ਸੰਗਤਾਂ ਨੂੰ ਨਿਮਰਤਾ ਸਾਹਿਬ ਬੇਨਤੀ ਹੈ ਕਿ 14 ਮਾਰਚ 2017 ਨੂੰ ਗੁਰੂ ਹਰਿਰਾਏ ਸਾਹਿਬ ਜੀ ਦਾ ਗੁਰਤਾ ਗੜ੍ਹੀ ਦਿਵਸ ਆ ਰਿਹਾ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਜੋ ਗੁਰੂ ਹਰਿਰਾਏ ਸਾਹਿਬ ਜੀ ਸੀ ਉਹਨਾਂ ਦਾ ਵਾਤਾਵਰਣ ਪ੍ਰਤੀ ਪ੍ਰੇਮ ਅਥਾਹ ਸੀ ਪੇੜ ਪੌਦੇ ਲਗਾਉਣੇ ਫੁੱਲਾਂ ਨਾਲ ਹੋਰ ਵਾਤਾਵਰਣ ਜਿਹੜੇ ਜੰਗਲੀ ਜਾਨਵਰ ਹਨ ਉਹਨਾਂ ਨਾਲ ਉਹਨਾਂ ਨੇ ਇੱਕ ਬਹੁਤ ਹੀ ਅੱਛਾ ਸਥਾਨ ਬਣਾਇਆ ਹੋਇਆ ਸੀ ਕੀਰਤਪੁਰ ਸਾਹਿਬ ਜਿੱਥੇ ਸਭ ਤਰ੍ਹਾਂ ਦੇ ਪੇੜ ਪੌਦੇ ਫੁੱਲ ਨਾਲ ਹੀ ਕਈ ਤਰ੍ਹਾਂ ਦੇ ਜਾਨਵਰ ਵੀ ਉੱਥੇ ਪਲਦੇ ਸੀ ਸੋ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਉਹਨਾਂ ਦੇ ਚੋਲੇ ਨਾਲ ਜਦੋਂ ਚੱਲ ਰਹੇ ਸੀਗੇ ਫੁੱਲ ਟੁੱਟ ਕੇ ਡਿੱਗ ਗਿਆ ਸੀ ਅਤੇ ਉਹਨਾਂ ਨੇ ਉਹਨਾਂ ਨੂੰ ਇਹ ਦੱਸਿਆ ਸੀ ਕਿ ਤੁਸੀਂ ਦਾਮਨ ਸੰਕੋਚ ਕੇ ਚਲੋ ਔਰ ਆਸ ਪਾਸ ਜੋ ਪੇੜ ਪੌਦੇ ਹਨ ਉਹਨਾਂ ਦਾ ਖਿਆਲ ਰੱਖੋ ਸੋ ਇਹ ਜੋ ਗੁਰਤਾ ਗੜ੍ਹੀ ਦਿਵਸ ਹੈ ਇਹ ਈਕੋ ਸਿੱਖ ਵੱਲੋਂ ਸੰਨ 2011 ਤੋਂ ਹੀ ਸਿੱਖ ਵਾਤਾਵਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਅੱਜ ਕੱਲ੍ਹ ਸਾਰੇ ਸੰਸਾਰ ਵਿੱਚ ਹੀ ਵਾਤਾਵਰਣ ਸੰਬੰਧੀ ਜੋ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਬਹੁਤ ਜ਼ਿਆਦਾ ਚਿੰਤਾਵਾਂ ਹਨ ਅਤੇ ਸਾਡਾ ਇੱਕ ਫਰਜ਼ ਮੁੱਢਲਾ ਫਰਜ਼ ਬਣਦਾ ਹੈ ਕਿ ਆਉਣ ਵਾਲੀ ਪੀੜ੍ਹੀਆਂ ਜਾਂ ਆਉਣ ਵਾਲੀ ਜਿਹੜੀ ਲੁਕਾਈ ਹੈ ਉਹਦੇ ਵਾਸਤੇ ਉਹਨਾਂ ਦਾ ਭਲਾ ਸੋਚਦੇ ਹੋਏ ਕਿ ਅਸੀਂ ਵਾਤਾਵਰਣ ਸੰਬੰਧੀ ਜੋ ਵੀ ਉਪਰਾਲੇ ਕਰ ਸਕਦੇ ਹਾਂ ਕਰੀਏ ਸੋ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕਿ 14 ਦਿਵਸ ਨੂੰ ਸਿੱਖ ਵਾਤਾਵਰਣ ਦਿਵਸ ਦੇ ਰੂਪ ਵਿੱਚ ਅਸੀਂ ਜੋ ਇਹ ਮਨਾਉਣਾ ਹੈ ਉਸ ਦਿਨ ਅਸੀਂ ਜੋ ਗੁਰਬਾਣੀ ਦਾ ਕਥਾ ਕੀਰਤਨ ਦੇ ਪ੍ਰੋਗਰਾਮ ਕਰੀਏ ਔਰ ਜਿੰਨੇ ਵੀ ਉੱਥੇ ਕਥਾਵਾਂ ਹੋਣ ਜਾਂ ਕੀਰਤਨ ਹੋਵੇ ਉਹ ਵਾਤਾਵਰਣ ਨੂੰ ਮੁੱਖ ਰੱਖ ਕੇ ਹੀ ਕਰਿਆ ਜਾਵੇ ਨਾਲ ਹੀ ਅਸੀਂ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਕਿਵੇਂ ਸਹਾਈ ਹੋ ਸਕਦੇ ਹਾਂ ਉਹਦੇ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਪਾਣੀ ਦੀ ਬੱਚਤ ਕਰੀਏ ਅਸੀਂ ਵੱਧ ਤੋਂ ਵੱਧ ਬਿਜਲੀ ਦੀ ਬੱਚਤ ਕਰੀਏ ਨਾਲ ਹੀ ਜਿਹੜੇ ਡਿਸਪੋਜ਼ੇਬਲ ਗਲਾਸ ਨੇ ਪਲਾਸਟਿਕ ਮਟੀਰੀਅਲ ਹੈ ਉਹਨਾਂ ਦਾ ਅਸੀਂ ਇਸਤੇਮਾਲ ਕਰਨਾ ਬਿਲਕੁਲ ਬੰਦ ਕਰੀਏ ਜਿਹੜੀ ਰੋਸ਼ਨੀ ਵਾਸਤੇ LED ਬੱਲਬਸ ਨੇ LED ਬੱਲਬਸ ਦਾ ਇਸਤੇਮਾਲ ਕਰੀਏ ਨਾਲ ਹੀ ਆਪਣੇ ਆਸ ਪਾਸ ਵੱਧ ਤੋਂ ਵੱਧ ਕੋਸ਼ਿਸ਼ ਇਹ ਕਰੀਏ ਵੀ ਜਿੰਨੇ ਅਸੀਂ ਰੁੱਖ ਲਗਾ ਸਕਦੇ ਹਾਂ ਰੁੱਖ ਲਗਾਈਏ ਸੋ ਇਹ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਹਨ ਜੋ ਅਸੀਂ ਵਾਤਾਵਰਣ ਨੂੰ ਸਾਫ਼ ਅਤੇ ਸਵੱਛ ਰੱਖਣ ਵਿੱਚ ਸਹਾਈ ਕਰ ਸਕਦੇ ਹਾਂ ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ 14 ਮਾਰਚ ਨੂੰ ਆਪ ਜੀ ਇਹ ਸਾਰੀ ਗੱਲਾਂ ਨੂੰ ਸਿਰੇ ਚਾੜ ਕੇ ਅਤੇ ਇਹਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਿੱਖ ਵਾਤਾਵਰਣ ਦੇ ਰੂਪ ਵਿੱਚ ਮਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ